ਅਸਲਾਮੁਆਲੇਕ ਜੀ ਕਿਵੇਂ ਹੈ ਆਪ ਸਭ ਮੈਂ ਠੀਕ ਸ਼ੁਕਰ ਅਲਹੁਦੁਲਾ ਦੁਆ ਕਰਦੀ ਆ ਆ ਵੀ ਮਸਲਾ ਠੀਕ ਠਾਕ ਰਹੇ ਖੁਸ਼ ਰਹੇ ਨਾ 8 ਵਜੇ ਕੰਮ ਤੇ ਜਾਣਾ ਸੀ ਤੇ ਮੈਂ ਵੀ ਸਵੇਰੇ ਸਵੇਰੇ ਨਾ ਸਫਾਈਆਂ ਵੀ ਕਰ ਲੀਆਂ ਨੇ ਕੱਪੜੇ ਵੀ ਸੰਭਾਲ ਲੈਣ ਉੱਪਰ ਜਾ ਰਹੇ ਨੇ ਤੇ ਉਹ ਜੇ ਕਿਚਨ ਚ ਧੂਰੇ ਫਿਰਦੇ ਨੇ ਤੁਸੀਂ ਜਾਣ ਨਹੀਂ ਦੇ ਕੰਮ ਤੇ ਹੈ ਚਲੋ ਮੈਂ ਕਿਚਨ ਵੀ ਸਾਫ ਕਰ ਲਿਆ ਐ ਕਿਤਾ ਜੀ ਨਾ ਬੈਨ ਕਹਿੰਦੇ ਨੇ ਹਾਂ ਇਹਨੂੰ ਕਹਿੰਦੇ ਟਾਈਮზე ਆਇਆ ਕਰਨਾ ਤੇ ਇਹ ਵੀ ਲੈ ਕੇ ਨੂੰ ਇਹ ਤੇ ਮੇਰੀ ਨੰਗੂਠੀ ਦੇ ਜ਼ੇਵਰ ਤਾਂ ਤਾਂ ਇਹ ਜਨਾ ਬਹੁਤ ਗਰਮ ਕੀ ਪਾਇਆ ਜਿਹਦੇ ਵਿੱਚ ਇਹ ਗਰਮ ਪਾਣੀ ਹੈ ਇਹਨੂੰ ਜਿਨਾ ਪਾਇਆ ਇਹ ਚਾਂਦੀ ਦੇ ਨੇ ਇਹ ਚੀਜ਼ਾਂ ਦੇ ਜਿਹੜੀਆਂ ਇਹਨਾਂ ਨੇ ਧੋ ਕੇ ਨਾ ਤੇ ਫਿਰ ਇੱਥੇ ਰੱਖ ਦੇਣੀਆਂ ਨੇ ਇਹ ਦੇਖੋ ਕਿੰਨਾ ਗੰਧ ਨਿਕਲਿਆ ਹੈ ਲੋ ਤੁਹਾਨੂੰ ਪਤਾ ਕੰਜੀ ਨੂੰ ਪਤਾ ਉਹ ਚਿਰ ਨੂੰ ਦੱਸਾਂ ਮੈਂ ਕੋਈ ਇਥੋਂ ਵੀਡੀਓ ਪਤਾ ਨਹੀਂ ਕਿ ਟਿਕਟੌਕ ਤੇ ਨਹੀਂ ਜੀ ਵੇਖੀ ਸੀ ਹੂੰ ਇਹ ਇਹਨੂੰ ਜਿਨਾ ਪਾਇਆ ਇਹ ਫੁੱਲ ਗਰਮ ਪਾਣੀ ਪਾਇਆ ਠੀਕ ਹੈ ਨਾ ਇਹਨੂੰ ਐਨ ਡਿਸਕਵਰ ਕੀਤਾ ਅਲੂ ਫੁਲੀ ਦੇ ਨਾਲ ਠੀਕ ਹੈ ਅੱਛਾ ਮਤਲਬ ਪ੍ਰੀ ਅੰਜਦਾ ਇਹ ਜਿਹੜਾ ਸੋਨਾ ਇਹ ਚਾਂਦੀ ਧੁੱਪਦੀ ਕਿ ਸੋਨਾ ਵੀ ਇਦਾਂ ਧੁੱਪ ਜਾਂਦਾ ਹੀਰਾ ਹੂਰਾ ਕੋਈ ਡਾਇਮੰਡ ਨਹੀਂ ਮੈਂ ਇਹਦਾਂ ਰੱਖਦੀ ਨਾ ਅੱਛਾ ਇਹਦਾ ਜਲ ਕੀ ਪਰ ਵਧੀ ਗੱਲ ਕੀ ਹੋਈ ਹੈ ਫਿਰ ਪਾਣੀ ਪਾਣਾ ਵਿੱਚ ਨਹੀਂ ਬਸ ਖਤ ਅੱਛਾ ਇਹਨੂੰ ਕੋ 10 ਮਿੰਟ ਬਾਅਦ ਚ ਰੱਖਣਾ ਹੈ ਇਹ ਤਰਸਾ ਗੰਨਮਾਂ ਜਿਹੜਾ ਵਿੱਚ ਉਤਰਦਾ ਸਹੀ ਹੂੰ ਤੇ ਦੇਖ ਲਓ ਜੀ ਚਾ ਚਾ ਦੇਖਾਂ ਤਾਂ ਸਹੀ ਸਹੀ ਹੋਇਆ ਹੈ ਕੇ ਟੈਂਪਲ ਨੂੰ ਟੈਂਪਲ ਇਹ ਲੋਜੀ ਚਾਂਦੀ ਇੰਜ ਧੁੱਪ ਦੇ ਯਾਰੀ ਕਿਸੇ ਹੋਰ ਕਿਸੇ ਨੂੰ ਕੋਈ ਅੱਛਾ ਤਰੀਕਾ ਆਇਆ ਨਾ ਤੂੰ ਮੈਨੂੰ ਦੱਸ ਦਿਓ ਤਾ ਤੁਸੀਂ ਕਿਹੜਾ ਪਾਉਂਦੇ ਤੁਸੀਂ ਇਹਨਾਂ ਨੂੰ ਧੋਦਾ ਆ ਕੇ ਨਾ ਤੇ ਫਿਰ ਇਹਨਾਂ ਨੂੰ ਰੱਖਦਾ ਨਹੀਂ ਫਿਰ ਉਹ ਬਿਆ ਪਿਆ ਫਿਰ ਕਾਲੇ ਹੋ ਜਾਂਦੇ ਨਾ ਮੈਂ ਨਾ ਪਾਕਿਸਤਾਨ ਚ ਗਿਆ ਸੀ ਨਾ ਹੂੰ ਤੇ ਤੋਦ ਮੈਂ ਵਾਦਾ ਕਰ ਕੇ ਐਦ ਕਰ ਕੇ ਇਸ ਮਜੀਵਰ ਪਾ ਨਹੀਂ ਜੀਵਰ ਨਹੀਂ ਪਾਣਾ ਇੰਗੂਠੀ ਵੀ ਮੈਨੂੰ ਬਹੁਤ ਸ਼ੀਲਾ ਲੱਗ ਰਹੀ ਹੈ। ਇੰਗੂਠੀ ਤੇ ਅੱਛੀ ਹੈ। ਹਾਂ, ਵੀ ਸਾਰਾ ਫੁੱਲ ਹੈ। ਤੇ ਐਮ ਲੇ ਕੇ ਅਸੀਂ ਇੱਕ ਲੇਕਿਨ ਸਿਰਫ ਮੈਂ ਨਾ ਉਥੇ ਵੀ ਚੰਗਾ ਲੱਗਾ ਸੀ ਲੇਕਿਨ ਇੱਥੇ ਯਾਰ ਕਿ ਨਾ ਬੜੀ ਸੋਚ ਦਿਮਾਗ ਦੇ ਵਿੱਚ ਆਈ ਕਿ ਮੈਂ ਨਹੀਂ ਪਾਈਦਾ ਇੰਦੀ ਸ਼ੈ ਨਾ। ਹੂੰ। ਕਿਉਂ? ਮੈਂ ਬੱਚੇ ਦੇਖਣਗੇ ਕਿ ਵੀ ਇਹ ਡੌਨ ਬਣ ਕੇ ਤੁਰੇ ਅੰਦਰ ਜੋ ਸਾਡਾ। ਤੂੰ ਹੁਣ ਇਹ ਵੀ ਮੈਨੂੰ ਲੱਗਾ ਕੱਲ ਗੱਡੀ ਦੇ ਵਿੱਚੋਂ ਫਿਰ ਮੈਂ ਜਲੇ ਨੂੰ ਵੀ ਤੋੜ ਦਿੰਦਾ। ਪਾਕਿਸਤਾਨ ਜਾਵਾਂਗਾ ਤੇ ਫਿਰ ਮੈਂ ਆਪਾਂ ਕਿਸ ਸੰਦੇਸ਼ ਨਾਲੇ? ਵੇ ਛੱਡ ਲੈ ਹਾਏ ਇਹ ਅੱਜ ਕਹਿਂਦੇ ਨੇ ਇਹਨਾਂ ਨੇ ਜਾ ਕੇ ਸੱਚੀ ਮੁੱਚੀ ਕਿਸੇ ਨੂੰ ਦੇ ਛੱਡਣਾ ਇਹ ਵੇਚਣਾ ਮੁੱਚ ਨੇ ਇਹਨਾਂ ਕੋਈ ਨਹੀਂ ਲੈ ਕਿੰਨੇ ਦਾ ਬਣਿਆ ਸੀ ਚਾਂਦੀ ਤੇ ਪ્યોਰ ਚਾਂਦੀ ਇਹਨਾਂ ਨੂੰ ਪ્યોਰ ਚਾਂਦੀ ਤੇ ਫਿਰ ਇਹਦੇ ਇਹਨੇ ਦੇਖ ਕੇ ਨਾ ਮੇਰੇ ਚੁੰਗੇ ਬਣਾ ਦੇ ਚਾਂਦੀ ਤੇ ਚੁੰਕੇ ਇਹ ਹੈ ਗਿਆ ਪਤਾ ਕਿੰਨੀ ਹੈ 100 ਕਿਸੀ 270 ਗ੍ਰਾਮ ਅੱਛਾ ਆਹੋ ਚਲੋ ਜਿੰਨੀ ਦੇ ਵੀ ਹੈ ਚਾਂਦੀ ਦੇ ਚੁੰਕੇ ਨਹੀਂ ਠਹਿਣਾ ਇੱਕ ਪੁਣ ਠਹਿਰੋ ਠੰਡਾ ਇਹ ਤੇ ਰੱਖਣਾ ਮੈਂ ਮਜ਼ਨ ਕਰਨਾ ਇਹਦੇ ਉੱਤੇ ਵੀ ਵਜ਼ਨ ਹੋਏਗਾ। ਆਹ ਹੋתי ਹੋਰ ਨਹੀਂ। ਪਲੇ ਦਬਾ। ਆਨ ਹੈ। ਆਨ ਹੈ ਹੋ ਗਿਆ। ਨਹੀਂ ਨਹੀਂ ਹਰੇ ਨਹੀਂ ਹੋਇਆ। ਠਹਿਰਾ ਨਜ਼ਰ ਆ ਤੁਸੀਂ ਸਬਰ ਤੇ ਕਰੋ ਤੁਸੀਂ ਨੂੰ ਕਮਾਈ ਜਾਂਦੇ। ਹੂੰ। ਤਾਂ ਹੂੰ। ਬੰਦੇ। ਆਹੋ। ਹੁਣ ਆਉਣਾ ਹੈ। ਹਾਂ। ਲੱਕ ਹੁਣ ਲੱਭਾ ਹਾਂ। ਹਾਂ। ਇਹਨੇ ਗ੍ਰਾਮ ਆ ਗਏ। ਹਾਂ ਜ਼ੀਰੋ। ਚਲੋ। ਦੋਸਤੋ ਤਰ੍ਹਾਂ ਕਿੰਨੇ ਸੀ 70 ਗ੍ਰਾਮ 70 ਗ੍ਰਾਮ 70 ਗ੍ਰਾਮ ਇਹ ਮਹਿੰਗੀ ਹੋਣੀ ਨਾ ਤੁਸੀਂ ਤੇ ਸਾਰਾ ਕੁਝ ਲਿਆ ਹੋਣਾ ਨਾ ਅੰਗੂਠੇ ਵਗੈਰਾ ਇਹ ਉਹ ਟੋਟਲ ਕੁਝ ਹੋਰ ਲਿਆ ਸੀ ਨਾ ਪਾਤਰੀ ਕੋਲ ਸੀ ਲਿਕੇ ਉਹ ਵੀ 70 ਤੇ 70 ਅੱਛਾ ਇਹਨਾਂ ਨੇ ਆਪਣੀਆਂ ਸਵਾਰੀਆਂ ਦੀ ਵੀ ਇੰਜ ਦੇ ਨਾ ਬਣਵਾ ਕੇ ਲਿਆਏ ਸੰਜਣੇ ਇਹਨਾਂ ਦੀ ਪੱਕੀਆਂ ਸਨ ਨਾਲੇ ਉਹਨਾਂ ਨੇ ਉੱਪਰ ਤਾਂ ਪਾਉਂਦੇ ਨੇ ਅੱਛਾ ਇਹ ਹੁਣ ਦੇਖੋ ਨਾ 50 ਗ੍ਰਾਮ ਹੈ ਫਿਰ 50 ਗ੍ਰਾਮ ਤੇ ਸ਼ੀਸ਼ੀ ਦਾ ਵਜ਼ਨ ਤੁਸੀਂ 50 ਗ੍ਰਾਮ ਲਾ ਲਓ 150 ਗ੍ਰਾਮ ਬਣੇਗਾ ਤਕਰੀਬਨ ਆਹ ਤੇ ਆਹ ਪਿਆ ਸਹੀ ਹੈ ਆ ਮੇਰੀ ਮਸ਼ੀਨ ਸਹੀ ਏ ਤੁਸੀਂ ਮਸ਼ੀਨ ਨੂੰ ਨਾ ਕੁਝ ਕਹੋ ਆ ਮਸ਼ੀਨ ਬਿਲਕੁਲ ਸਹੀ ਏ ਨਹੀਂ ਨੂੰ ਇਹ ਤਾਂ ਆਂਦੇ ਹਾਂ ਸਹੀ ਚਲਾ ਦੋ 70 ਗ੍ਰਾਮ ਹੀ ਹੋਣੀ ਚਲੋ ਕੰਮ ਤੇ ਜਾਓ 11:30 ਹੋ ਗਏ ਨੇ ਮੈਂ ਵੀ ਕੋਈ ਕੰਮ ਕਰਾਂ ਸੱਚੀ ਬਸ ਆ ਲੋ ਇਹ ਵੀ ਸਾਫ ਕਰਨਾ ਸੀ ਐਸੇ ਬਹਾਨੇ ਮੇਰੀ ਆ ਵੇਖੋ ਕਿੱਸੇ ਕੰਮ ਤੇ ਚੱਲਾ ਹੁੰਦਾ ਵੇ ਹਾਂ ਚਲੋ ਲਾਫਿਸ ਅੱਲਾਹ ਅਫ ਸੱਚੀ ਮੁੱਚੀ ਅੱਲਾਹਫੇ ਚਲੋ ਨਿਕਲੋ ਮੈਂ ਹੁਣ ਇਹਨਾਂ ਦੇ ਪਿੱਛੇ ਪਿੱਛੇ ਜਾਣਾ ਵੇ ਮੈਂ ਤਾਂ ਤੁਹਾਡੇ ਪਿੱਛੇ ਪਿੱਛੇ ਜਾਣਾ ਤੁਸੀਂ ਮੇਨੂ ਹੈ ਕਿ ਬਾਹਰ 26 ਡਿਗਰੀ ਸੇ ਗਰਮੀ ਨਹੀਂ ਅੱਜ ਮੌਸਮ ਬੜਾ ਮਜ਼ੇਦਾਰ ਜੇ ਅਗਲੇ ਦਿਨਾਂ ਚ ਵੀ ਗਰਮੀ ਰਹਿਣੀ ਆਹੋ ਅਗਲੇ ਦਿਨ ਮੰਗਲਬੋਧ ਤੱਕ ਤੇ ਗਰਮੀ ਹੀ ਤੇ ਵੇਖੋ ਕੀ ਬਹੰਦਾ ਵੇ ਅੱਲਾ ਖੈਰ ਕਰੇ ਅਫਿਆ ਅੱਲਾ ਹਫੀਜ਼ ਚਲ ਅੱਲਾ ਹਫੀਜ਼ ਪੁੱਤਰ ਕੰਮ ਤੇ ਜਾ ਰਹਾ ਅੱਗੇ ਨਾ ਤਾਂ ਦਿਲ ਨਹੀਂ ਕਰਦਾ ਤੂੰ ਮੇਨਾਂ ਦੀ ਬਲਾਦ ਅੱਲਾ ਹਫੀਜ਼ ਚਲੋ ਜੀ ਕੰਮ ਤੇ ਚਲੇ ਨੇ ਹਣ ਕੰਮ ਤੇ ਕੱਢੀਏ ਤੇ ਫਿਰ ਆਪਣੇ ਘਰ ਦੇ ਕੰਮ ਸ਼ੁਰੂ ਕਰਦੇ ਆਂ ਪਕਾਣਾ ਕੀ ਹੈ ਫੂਨ ਦੇ ਦਸੋਗੇ ਤੋ ਟਿਪ ਸ਼ਿਪ ਦਵੋ ਮੈਂ ਸ਼ਾਮ ਨੂੰ ਇਨਸ਼ਾਅੱਲਾ ਤਲਾ ਤੁਸੀ ਕਿਹੜਾ ਖੁਨੀ ਬਣਾਵੋ ਨਹੀਂ ਨਹੀਂ ਤੇ ਨਹੀਂ ਮੈਂ ਤਾਂ ਬਣਾ ਲੈਣੀ ਨਾ ਦਿੱਕਤ ਪੈਰ ਨੂੰ ਤੱਕ ਬਣਾਣੀ ਨਹੀਂ ਖਾਣਾ ਚਲੋ ਆਪਣੀ ਛਾਬੀ ਲੈ ਕੇ ਜਾਇਓ ਅੱਲਾ ਹਫੀਜ਼ ਅੱਲਾ ਇਹਨੇ ਗੱਡੀ ਤੇ ਜਾ ਕੇ ਤੱਕ ਇੱਕ ਮਿੰਟ ਤੁਸੀਂ ਕਿਦੋਂ ਵੀਡੀਓ ਸ਼ੁਰੂ ਕਰਨੀ ਆ ਦੱਸ ਕੇ ਚਾਹ ਜ਼ਰਾ ਫਿਰ ਤੁਸੀਂ ਅੱਜ ਵਿੱਚ ਆ ਗਏ ਨਾ ਫਿਰ ਮਸਵਾਲ ਆਨੇ ਸ਼ੁਰੂ ਹੋ ਜਾਂਦੇ ਨੇ ਜਿੱਦ ਦਿਨ ਤੁਸੀਂ ਮੇਰੀ ਵੀਡੀਓ ਚ ਆਉਂਦੇ ਨਾ ਤਾਂ ਕਿਤੇ ਭਾਈ ਨੂੰ ਕੋ ਵੀਡੀਓ ਬਣਾ ਇਨਸ਼ਾਅੱਲਾ ਕਲਾ ਇਨਸ਼ਾਅੱਲਾ ਤਰ ਮੈਂ ਵੀਡੀਓ ਨਹੀਂ ਮੈਂ ਕਿਸ ਵਿੱਚ ਸ਼ੁਰੂ ਕਰਦੇ ਆਂ ਇਹ ਦਿਨਾਂ ਦੇ ਵਿੱਚ ਨਾ ਸਿਰਫ ਮੈਂ ਢੀ ਕਹਿੰਦੇ ਆ ਸੀ ਹਾਂ सूरज निकले <laughs> <दे> <laughs> सूरज निकले नहीं बाकी कस्बे इंशाल्लाह अच्छा चलो सही जी मैं पूछ लिया वेलो तेरे सामने मैं जवाब भी दे लेना इंशाल्लाह नाज़रीन नाल कस्बे मैं अपनी पहन अपना हो यार कस्बे में कहने लगा सिर्फ पहन अपना और उसको छिटा पे आया मैंने कहा सिर्फ फ्रेश तो होता है उतना अपना मानो बहुत मिस कर जी सही इंशाल्लाह चलो अल्लाह तआला अल्लाह हाफिज़ अल्लाह हाफिज़ मौसम आज बड़ा ही मजेदार है बहुत मजेदार है जनाब तुसी गार्डन दे विच बहो हां ਤੇ ਧੁੱਪ ਲਵਾ ਧੁੱਪ ਲਵਾ ਮੈਂ ਵਾਇਟਾਮਿਨ ਦੀ ਲਵਾ ਲੈਨੇ ਆ ਜੀ ਜੋ ਹੁਕਮ ਰਿਆਕਾ ਚਲੋ ਅੰਦਰ ਚਲੀਏ ਧੁੱਪੇ ਬੈਠ ਰੋਜ਼ਾ ਲਵਾ ਲਾ ਮੈਂ ਦੇਖਾ ਬੰਦਾ ਵੱਡੇ ਸਿਆਣੇ ਅੱਜ ਵੇਖੋ ਮੈਂ ਕਿੰਨਾ ਖਲਾਰਾ ਪਾ ਲਿਆ ਪਾਕਿਸਤਾਨ ਨੂੰ ਕਪੜੇ ਲਿਆਵੋ ਨਾ ਤੁਸੀਂ ਤੇ ਉਹ ਤੂੰ ਸੱਚੀ ਇੰਜ ਨਾ ਬਸ ਠੱਪਣ ਠਪਾਨ ਦੀ ਗੱਲ ਕੰਮ ਕਰੀਦਾ ਜਿੱਦੂ ਕੋਈ ਫੰਕਸ਼ਨ ਆਂਦਾ ਈਦ ਆਂਦੀ ਕੁਸ਼ਾਦੀ ਆਂਦੀ ਫੇਰ ਇਹ ਸਾਰਾ ਖਲਾਰਾ ਪੈਂਦਾ ਸਾਰੇ ਇਹ ਵਾਲੇ ਕਪੜੇ ਕੱਢਨੇ ਹੁੰਦੇ ਨੇ ਕੁਝ ਮੈਂ ਮਸ਼ਾਹਲ ਇੱਕ ਵਿੱਚ ਖਲਾਰਾ ਪਾਇਆ ਵੇ ਕੁਝ ਐ ਵਾਲਾ ਵੇਖੋ ਪਿਆ ਜੁੱਤੀਆਂ ਆ ਪਈਆਂ ਨੇ ਡਿਸਾਈਡ ਹੋਣ ਦੇ ਨਾਲ ਅੱਛਾ ਇਹ ਦੋ ਸੂਟ ਮੈਂ ਕੱਢੇ ਨੇ ਇਹ ਨੇ ਸੋਬਿਆ ਨਜ਼ੀਰ ਦੇ ਤੇ ਲੇਕਿਨ ਨਾ ਗਰਮੀ ਬਹੁਤ ਸ਼ੁਰੂ ਹੋ ਗਈ ਏ ਇੱਕਦਮ ਤੇ ਇਹ ਜਾਮਾਵਾਰ ਜਾਂ ਜੰਝ ਕਹਿ ਲਓ ਨਾ ਉਹ ਜਿਕਾਰਡ ਹੋਇਆ ਤੇ ਲੇਕਿਨ ਥੱਲੇ ਲਾਈਨਿੰਗ ਵੀ ਲੱਗੀ ਏ ਮੈਨੂੰ ਸਮਝ ਨਹੀਂ ਲੱਗੀ ਲਾਈਨਿੰਗ ਕਿਉਂ ਲਾਈ ਏ ਇੱਕ ਮਿੰਟ ਇੱਕ ਮਿੰਟ ਦੇਤੀ ਹੂੰ ਅਛਾ ਤੇ ਇਹ ਡਬਲ 트리플 ਇਹਦੇ ਵਿੱਚ ਨਾ ਜਿਸਮ ਬੜਾ ਹੈਵੀ ਹੈਵੀ ਲੱਗਦਾ ਪਿਆ ਵੇ ਇਹ ਮਿਸ਼ਾਲ ਤਾਂ ਲੇਕਿਨ ਇੰਨਾ ਖੁੱਲਾ ਸੀਛੜਿਆ ਦਰਜੀ ਨੇ ਤੇ ਇਹ ਵਾਲਾ ਕਲਰ ਬੜਾ ਪਿਆਰਾ ਵੇ ਇਹ ਵਾਲਾ ਕਲ ਮੈਂ ਕਿੰਨੇ ਕਲਮ ਚੰਗਾ ਲੱਗਦਾ ਲੇਕਿਨ ਕਈਆਂ ਜਗ੍ਹਾ ਤੇ ਆ ਕੇ ਬੜਾ ਅੱਛਾ ਲੱਗਦਾ ਵੇ ਇਹ ਵੇ ਗ੍ਰੀਨ ਤੇ ਆ ਵੇ ਗੋਲਡਨ ਤੇ ਜਿਹੜਾ ਅਸੀਂ ਦੋਵਾਂ ਨੇ ਰਿਜੈਕਟ ਕਰ ਛੜਿਆ ਫਿਲਹਾਲ ਤੇ ਵੇਖੋ ਮੈਂ ਹੁਣ ਮੈਨੂੰ ਲੱਗਦਾ ਮੈਂ ਪਾਵਾਂਗੀ ਕਿਸਨਾ ਸਫੀਨਾਜ਼ ਦਾ ਐਥਨਿਕ ਤੇ ਬਹੁਤ ਕਪੜੇ ਮੇਂ ਲਿਹਾਈ ਸਾ ਐਥਨਿਕ ਤੇ ਮਿਸ਼ਾਲ ਨੇ ਨਹੀਂ ਪਸੰਦ ਕੀਤੇ ਇਹ ਵਾਲਾ ਮੈਨੂੰ ਬੜਾ ਪਸੰਦ ਸੀ ਤੇ ਇਹ ਵਾਲਾ ਇੱਕ ਇੱਕ ਅੱਛਾ ਮੈਨੂੰ ਸਮਝ ਲੈ ਆਦੀ ਮਿਸਾਲ ਨੇ ਕਿ ਉਹਨੂੰ ਕੀ ਪਸੰਦ ਆਉਂਦੇ ਨਾ ਇਹ ਸ਼ਰਟ ਵੇ ਤੇ ਇਹਦੇ ਉੱਤੇ ਜੈਕਟ ਵੇ ਨਾ ਜੈਕਟ ਕਿੱਥੇ ਲਾ ਗਈ ਲਾ ਪਾ ਪਾ ਕੇ ਨਾ ਲਾ ਲਾ ਕੇ ਛੁੱਟੀ ਜਾਂਦੀ ਏ ਬਾਅਦ ਹੁੰਦੇ ਆਪੀ ਅੰਮਾ ਸੰਭਾਲ ਲਵੇਗੀ ਇਹਦੀ ਜੈਕਟ ਚ ਤੇ ਉਹਨੂੰ ਇਹ ਵਾਲੀ ਚੀਜ਼ਾਂ ਨਹੀਂ ਪਸੰਦ ਨੇ ਤੇ ਮੈਨੂੰ ਇੰਨੀਆਂ ਪਸੰਦ ਨੇ ਇਹ ਵਾਲੀਆਂ ਨਾ ਹੁਣ ਮੈਨੂੰ ਲੱਗਦਾ ਆਫੀਗਾ ਪਾਵੇਗੀ ਇਹ ਉੱਤੇ ਜੈਕਟ ਤੇ ਨਾਰਮਲ ਜੀਕਾਰਡ ਦੀ ਸ਼ਰਟ ਤੇ ਇਹ ਦਾ ਟਰਾਊਜ਼ਰ ਠੀਕ ਹੈ ਲੇਕਿਨ ਉਹਨੇ ਕੀਤਾ ਕਿ ਨਹੀਂ ਫਿਲਹਾਲ ਇਹ ਵੀ ਰਿਜੈਕਟ ਹੋ ਗਿਆ ਐ ਇੱਕ ਰਿਜ਼ਮਾ ਦਾਵੇ ਇਹਦਾ ਮੈਨੂੰ ਦੁਪੱਟਾ ਨਹੀਂ ਮਿਲੰਦਿਆ ਟੂ ਪੀ ਸੇਮ ਹੈ ਤੇ ਦੁਪੱਟਾ ਮੈਂ ਵੇਖਨੀ ਕਿੱਥੇ ਖਰ ਨੇ ਇਹ ਨਹੀਂ ਪਾਣਾ ਹੈ ਜੇ ਉਹਨੇ ਚੂਸ ਕੀਤਾ ਹੋਵੇ ਨਾ ਪਾ ਕੇ ਆਪਣੇ ਕਮਰੇ ਚ ਗਈ ਹੁਣ ਫੋਟੋਆਂ ਖਿੱਚੇਗੀ ਫਿਰ ਵੇਖੇਗੀ ਕਿ ਕਿ ਕਿਹੜੀ ਸਹੀ ਲਾਦੀ ਕਿਹੜੀ ਨਹੀਂ ਤੇ ਚਲੋ ਮੈਂ ਜਿਹੜਾ ਡਿਸਾਈਡ ਕਰਾਂਗੀ ਮੈਂ ਹੁਣ ਤਾਂ ਇਹ ਤੇ ਵਿਖਾ ਦਾਂਗੀ ਫਿਰ ਲਾਲ ਮੈਂ ਜੇ ਕੋਈ ਪਾ ਕੇ ਚੈੱਕ ਨਹੀਂ ਕੀਤਾ ਦੋ ਸੂਟ ਐਕਸਟਰਾ ਮੇਨ ਨਜ਼ਰ ਚ ਆਂਦੇ ਨੇ ਜਿਹੜੇ ਮੈਂ ਸੋਚਿਆ ਸੀ ਕਿ ਮੈਂ ਕੱਢਣੀ ਆ ਤੇ ਉਹ ਵੇਖਣੀ ਆ ਐਵੇਂ ਕਿਹਨਾ ਜ਼ੀਨ ਦੇ ਉਸ ਤੰਦ ਉਸੇ ਨਾ ਜਦੋਂ ਅਸੀਂ ਸਾਡੇ ਐਹੀ ਮਾਰਕੀਟ ਇਹ ਕਹ ਮਾਰਕੀਟ ਖੋਲ ਲਈ ਕੋ ਮਾਰਕੀਟ ਖੋਲ ਲਈ ਉਹ ਨਾਰਕਲੀ ਇਹ ਬਾਨੋ ਬਾਜ਼ਾਰ ਇਹ ਸ਼ੋਪਿੰਗ ਵਾਲ ਸੈਂਟਰ ਸੀ ਇਹਨਾਂ ਚੀਜ਼ਾਂ ਤੇ ਆ ਕੇ ਨਾ ਅਸੀਂ ਈਦ ਦੀ ਸ਼ੋਪਿੰਗ ਕਰੀ ਦੀ ਜਿਹੜੇ ਸੀ ਕਰਕੇ ਲੈ ਹੀ ਦੀ ਇਹਨਾਂ ਫਿਰ ਅਸੀਂ ਇਹਨਾਂ ਵਿੱਚ ਚੂਜ਼ ਕਰੀਦੇ ਨੇ ਤੇ ਬੜਾ ਮੁਸ਼ਕਲ ਹੁੰਦਾ ਵੀ ਉਦੋਂ ਤੇ ਤੁਸੀਂ ਲੈ ਹੁੰਦੇ ਨੇ ਕੁਛ ਐ ਵੀ ਪਾ ਲਾਂਗੇ ਭਲ ਕੰਮ ਤੇ ਆ ਜਾਂਦੇ ਲੇਕਿਨ ਜਦੋਂ ਟਾਈਮ ਮੰਗਦਾ ਉਦੋਂ ਕਿੰਨੇ ਮਲੇ ਵਿੱਚੋਂ ਨਿਕਲ ਜਾਂਦੇ ਨੇ ਐ ਵੀ ਨਹੀਂ ਪਾਣਾ ਐ ਵੀ ਨਹੀਂ ਪਾਣਾ ਮੈਂ ਤਾਂ ਸਾਰੇ ਪਾਲਾਂਗੀ ਬੱਚੀਆਂ ਦੀ ਗੱਲ ਕਰਨ ਦੀ ਆ ਚਲੋ ਜੀ ਡਿਸਾਈਡ ਹੋ ਗਿਆ ਤੇ ਇਨਸ਼ਾਅੱਲਾ ਧੰਵਾ ਦੇਾਂਗੀ ਫੇਰ ਹਣੀ ਮੈਂ ਸੰਭਾਲਾਂ ਸਾਰਾ ਇਸ ਮੇਰਾ ਨਾ ਮਕਸਦ ਸਿਰਫ ਮੀਆਂ ਨੂੰ ਕੰਮ ਤੇ ਕੱਢਣ ਦਾ ਐ ਸੀ ਕਿ ਉਹ ਮੈਨੂੰ ਮੇਰੀ ਡਿਊਟੀ ਲਾਉਂਦੇ ਨੇ ਕਿ ਤੂੰ ਮੈਨੂੰ ਨਾ ਜ਼ਬਰਦਸਤੀ ਕੰਮ ਤੇ ਕੱਢਿਆ ਕਰ ਮੈਂ ਸੁਸਤ ਜਿਹਾ ਬੰਦਾ ਆ ਸੁਸਤੀ ਦਾ ਤੇ ਆਲਮ ਐ ਬਿਨਾ ਤੁਹਾਨੂੰ ਵੀਡੀਓ ਤੋਂ ਅੰਦਾਜ਼ਾ ਹੋ ਗਿਆ ਹੋਣਾ ਤੇ ਉਹਨਾਂ ਨੇ ਨਾ ਮੇਰੀ ਡਿਊਟੀ ਲਾਦਣ ਕਿ ਤੂੰ ਮੈਨੂੰ ਜ਼ਬਰਦਸਤੀ ਕੰਮ ਤੇ ਕੱਢਿਆ ਕਰ ਤੇ ਕੁਝ ਹੋ ਵੀ ਹੁੰਦਾ ਹੈ ਕੁਝ ਐ ਹੁੰਦਾ ਕਿ ਚਲੋ ਅਗਲੇ ਜਾਂਗੇ ਨਾ ਤੇ ਮੇਰੀ ਸੁਭਾ ਦੀ ਜਿਹੜੀ ਵਾਕ ਹੈ ਨਾ ਮੈਂ ਟਾਈਮ ਸਿਰ ਘਰ ਆਵਾਂਗੀ ਮੈਂ ਕੋਸ਼ਿਸ਼ ਕਰਨੀ ਪਈ ਆ ਕਿ ਹਫਤਾਰੀ ਤੋਂ ਬਾਅਦ ਤੇ ਸੁਭਾ ਉੱਠ ਕੇ ਅੱਜ ਤੇ ਮੈਂ ਲੇਟ ਹੋ ਗਈ ਹਾਂ ਨਾ ਵੀਕਐਂਡ ਸੀ ਤੇ ਮੈਂ ਵਾਕ ਤੇ ਜ਼ਰੂਰ ਆਣੀ ਆ ਇਸ ਟਾਈਮ ਤੇ ਮੈਂ ਆਸਤਾ ਆਸਤਾ ਚੱਕਰ ਲਾਣੀ ਆ ਹਫਤਾਰੀ ਤੋਂ ਬਾਅਦ ਸਪੀਡ ਟੂ ਸਪੀਡ ਕਿਉਂਕਿ ਉਹਦੋਂ ਉਹਦੋਂ ਪਿਆਸ ਦਾ ਕੋਈ ਟੈਨਸ਼ਨ ਨਹੀਂ ਤੇ ਚਲੋ ਜੀ ਚੱਕਰ ਲਾ ਕੇ ਤੇ ਇਸ ਤੋਂ ਬਾਅਦ ਮੈਂ ਸਿੱਧੇ ਬੈਂਕ ਜਾਵਾਂਗੀ ਰੋਜ਼ਮਨ ਜਾਵਾਂਗੀ ਕੁਛ ਮੈਂ ਕਹੇ ਸੀਦ ਵਗੈਰਾ ਦੀ ਕੋਈ ਨੀਲ ਪਾਲਿਸ਼ ਕੁਛ मेरा सीरम खत्म हुए हैं वो लूगी क्रीम खत्म हुई है वो लूँगी आज मैं एन जी निकल आई हूँ बगैर कुछ लाया तो वाप करके ना वापसी कार्ड में लै आई हूँ बैंक का अपनी चीजा का तो जो कम बेड़ के फिर घर जाने फिलहाल वेख लो सूरज वेख गर्मी काफ़ी है फुल पसीना आ गया क्योंकि मैं गर्म घोट पा के आई हाँ तो मेरे हिसाब लाया मैं गलती कर आई हाँ तो शुक्र अमामिया का ਮੇਰਾ ਰਾਉਂਡ ਪੂਰਾ ਹੋ ਜਾਂਦਾ ਬੜੀ ਤਸੱਲੀ ਹੁੰਦੀ ਏ ਕਿ ਤੁਸੀਂ ਆਪਣਾ ਟਾਰਗੇਟ ਜਿਹੜਾ ਕਰਦੇ ਹੋ ਨਾ ਰੋਜ਼ ਦਾ ਸੋਸ਼ਲ ਏ ਆਓ ਤੁਸੀਂ ਕਰ ਲਓ ਤੇ ਫਿਰ ਬੜਾ ਮਜ਼ਾ ਆਂਦਾ ਹੈ ਤੇ ਇੱਥੇ ਠਾ ਆ ਕੀ ਕਹਿੰਦੇ ਨੇ ਪਰਛਾਵਾ ਆਇਆ ਸਾਇਆ ਤੇ ਬੜੀ ਮਜ਼ੇਦਾਰ ਖਲੂਨ ਨੂੰ ਦਿਲ ਕਰੰਦਿਆ ਸੀ ਇੰਨਾ ਅੰਦਾਜ਼ਾ ਲਾ ਲਓ ਕਿ ਗਰਮੀ ਕਿੰਨੀ ਹੈ ਚਲੋ ਜੀ ਤੁਹਾਨੂੰ ਅੱਗੇ ਜਾ ਕੇ ਨਾ ਬੈਂਕ ਯਾ ਰੋਜ਼ਮਾਨ ਦੁਆਰਾ ਮੁਲਾਕਾਤ ਕਰਨੀ ਆ ਫਿਲਹਾਲ ਮੈਂ ਆਪਣਾ ਚੱਕਰ ਪੂਰਾ ਕਰ ਲਵਾਂ ਅਸੀਂ ਇੱਥੇ ਤੱਕ ਪਹੁੰਚ ਗਏ ਆ ਨੇੜੇ ਨੇੜੇ ਲੱਗੀਆਂ ਬੈਂਕ ਦੇ ਜਦੋਂ ਇਹ ਫੁਆਰਾ ਬੰਦ ਕੀਤਾ ਥੋੜੀ ਜਿਹੀ ਗਰਮੀ ਆਏ ਨਾ ਫਿਰ ਇੱਥੇ ਨਾਲ ਪਾਣੀ ਚਲਾ ਦੇਣਾ ਫਿਰ ਇੱਥੇ ਪੂਰਾ ਬੱਚਾ ਪਾਰਟੀ ਇੱਥੇ ਆ ਕੇ ਨਾਂਦੇ ਨੇ ਦੇਸੀ ਮੋਲ ਫੋਲੁੰਦਾ ਫੋਲ ਦੇਸੀ ਮੋਲ ਚੱਲਦਾ ਬਸੰਤੇ ਨਾ ਛਾ ਆ ਕੇ ਸੱਚੇ ਇਨਾ ਸਕੂਨਾਂ ਦਾ ਪਤਾ ਨਹੀਂ ਕਾਹਦੀਆਂ ਲੈਣਾ ਵਾਈਆਂ ਨੇ ਨਾਲ ਸਟਾਪੂਟ ਆਏ ਤੋੜੋ ਜਿਹੜਾ ਇਹਨਾਂ ਹੋਰ ਇੰਜੋਇਂਜ ਚਲੋ ਬੈਂਕ ਚੱਲਨੇ ਬੈਂਕ ਚ ਹੋ ਕੇ ਫੇਰ ਸਾਹਮਣੇ ਰੋਜ਼ਮਾਂ ਉੱਥੇ ਇੱਕ ਦੋ ਚੀਜ਼ਾਂ ਚੁੱਕਨੇ ਆ ਤੇ ਘਰ ਚ ਲਈਏ ਬੱਚਾ ਪਾਰਟੀ ਸੋਈ ਹੈ ਸਵਾਏ ਆਫਿਆ ਕੇ ਆਫਿਆ ਕੋ ਮੈਂ ਨਾਸ਼ਤਾ ਦੇ ਆਈ ਹਾਂ ਬਾਕੀ ਸਭ ਸੋਏ ਹੈ ਬੈਂਕ ਚ ਵੜਨੇ ਆ ਚਲੋ ਇੱਕ ਕੰਮ ਨਿਬੜ ਗਿਆ ਦੂਸਰਾ ਰਹਿ ਗਿਆ ਤੇ ਅੰਦਰ ਚਲੀ ਗਈ ਜ਼ਰਾ ਮੈਨੂੰ ਲੱਗਦਾ ਏਸੀ ਉਸੇ ਚੱਲਦੇ ਹੁਣ ਇਹਨੇ ਦੇਖੋ ਕੀ ਹਿਸਾਬ ਹੈ ਬੜੇ ਮਜ਼ਾਨ ਦਾ ਛਾਵੇਂ ਆ ਕੇ ਸੱਚੀ ਕਿੰਨੇ ਪਿਆਰੇ ਫੁੱਲ ਨੇ ਕਿੱਦਾਂ ਕੋ ਕੋਈ ਦਸਤਾ ਅੱਛਾ ਦਰਵਾਜ਼ਾ ਤੇ ਲਾਣਾ ਵਾ ਚਲੋ ਜੀ ਓ ਓ ਚਲੋ ਜੀ ਸਾਰਸਪਟਾ ਵੀ ਹੋ ਗਿਆ ਕਪੜੇ ਛਪੜੇ ਵੀ ਅੱਜ ਫਾਈਨਲ ਹੋ ਗਏ ਨੇ ਬਿਲਕੁਲ ਜਿਹੜਾ ਇੱਕ ਕੰਮ ਸੀ ਨਾ ਕਿਉਂਕਿ ਆਫੀਆ ਤੇ ਮੈਂ ਕਪੜੇ ਕੱਟਨੇ ਕੋ ਨਹੀਂ ਸੀ ਉਹਨੇ ਜਾਣਾ ਨਹੀਂ ਵਿਸ਼ਾਲ ਦੀ ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਹੈ ਮੈਨੂੰ ਕਿ ਇੰਨਾ ਖਲਾਰਾ ਪਾ ਛੜਦੀ ਹੈ ਇੰਨੇ ਕਪੜੇ ਖਲਾਰਾ ਛੜਦੀ ਐ ਵੀ ਨਹੀਂ ਪਾਣਾ ਐ ਵੀ ਨਹੀਂ ਪਾਣਾ ਸੱਚੀ ਮੈਂ ਕਹਿੰਨੀ ਆ ਕਿਆ ਜ਼ਮਾਨਾ ਸੀ ਸਾਡਾ ਹੈ ਸਾਨੂੰ ਤੇ ਢੀ ਵਾਲ ਜੁੱਤੀ ਮਿਲਦੀ ਸੀ ਇੱਕ ਸੂਟ ਮਿਲਦਾ ਸੀ ਨਾ ਤੇ ਯਕੀਨ ਕਰੋ ਅਡੀਲ ਜੁੱਤੀ ਕੋ 4-5 ਦਿਨ ਪਹਿਲੇ ਹੀ ਤੂੰ ਪਹਿਲੇ ਮੇਲਦੀਸ ਨਾਲ ਤੇ ਅਸੀਂ ਉਹਨੂੰ ਮੰਜੀ ਤੇ ਪਾਪਾ ਚੱਲੀ ਜਾਂਦਾ ਸੀ ਹਾਏ ਮੇ ਜੁੱਤੀ ਨਾ ਖਰਾਬ ਹੋ ਜੇ ਤੇ ਜੇ ਸੂਟ ਈਦ ਵਾਲਾ ਮਿਲਣਾ ਤੇ ਉਹਨੂੰ ਠਾਪ ਠਾਪ ਰੱਖਣਾ ਕਿਉਂਕਿ ਈਦ ਤੋਂ ਬਾਅਦ ਅਕਸਰ ਸ਼ਾਦੀਆਂ ਵਗੈਰਾ ਵੀ ਹੁੰਦੀਆਂ ਸਨ ਤੇ ਇੰਨਾ ਚਾਹ ਹੋਣਾ ਉਸ ਸੂਟ ਦਾ ਇੰਨਾ ਚਾਹ ਹੋਣਾ ਕਿ ਸੀਦ ਤੇ ਪਾ ਕੇ ਉਹਨੂੰ ਬਾਜ ਧੋਤਾ ਕੇ ਰੱਖਣਾ ਕਿਤੇ ਸ਼ਾਦੀ ਵਗੈਰਾ ਤੇ ਪਾ ਨਾ ਆਵੇ ਤੇ ਅੱਜ ਕੱਲ ਪਤਾ ਨਹੀਂ ਉਹੀ ਗੱਲ ਕਿ ਬੱਚਿਆਂ ਨੂੰ ਲੱਭ ਆਸਾਨੇ ਨਾਲ ਜਾਂਦਾ ਬਣਾ ਬੱਚੇ ਨੇ ਖਵਾਸ਼ੀਆਂ ਹੁੰਨੀਆਂ ਵਾਧ ਜਾਂਦੀਆਂ ਨੇ ਇਹ ਨਹੀਂ ਪਾਣਾ ਤੇ ਮੈਂ ਸਾਰੀਆਂ ਚੀਜ਼ਾਂ ਨਾਲ ਬੱਚ ਯਾਕੇ ਇਹ ਹਮ ਲੋਗ ਐਸੇ ਥੇ ਯਾ ਹਮਾਰੀ ਈਦ ਹੁੰਦੀ ਥੀ ਸਾਡੀਆਂ ਈਦ ਤਾਂ ਨੇ ਆਪਣੇ ਇੱਕ ਮਜ਼ਾ ਹੁੰਦਾ ਤੇ ਸ਼ਾਇਦ ਇੱਥੇ ਦੇ ਤਾਂ ਇਦਾਂ ਵੈਸੇ ਵੀ ਬਾਹਰ ਦੇ ਮੁਲਕਾਂ 'ਚ ਕੀ ਈਦਾਂ ਨੇ ਕੋਈ ਈਦ ਵਗੈਰਾ ਨਹੀਂ ਹੁੰਦੀ ਬਸ ਫਾਰਮੈਲਟੀ ਹੁੰਦੀ ਜ਼ਰੂਰਤ ਲਈ ਕੇ ਕਰਨਾ ਵੇ ਸਾਡਾ ਤਿਵਾਰ ਇਸ ਨੂੰ ਮਨਾਣਾ ਲੇਕਿਨ ਜਿਹੜੇ ਈਦ ਪਾਕਿਸਤਾਨ ਆਂਦੀ ਹੈ ਜਿਵੇਂ ਪਾਕਿਸਤਾਨ ਦੀ ਹੁੰਦਾ ਸੀ ਇੱਕ ਆਹ ਹੈ ਇੱਕ ਚਾਂਦ ਰਾਤ ਨੂੰ ਝੂੜੀਆਂ ਪੁਆਣ ਜਾਣਾ ਰਾਤ ਨੂੰ ਮਹਿੰਦੀ ਲਾ ਕੇ ਸੋਣਾ ਉਹਦਾ ਇੱਕ ਉਹ ਵਾਲੀ ਫੀਲਿੰਗ ਹੈ ਹੀ ਨਹੀਂ ਇੰਨਾ ਬੱਚਿਆਂ ਨੇ ਉਹ ਵੇਖੀ ਵੀ ਨਹੀਂ ਹੈ ਇਹਨਾਂ ਲਈ ਇਹ ਹੀ ਈਦ ਜੋ ਇਹ ਤਿਆਰੀ ਕਰਦੇ ਨੇ ਕਿ ਬੈਡ ਤੇ ਖਲਾਰਾ ਪਾ ਦਵੋ ਤੇ ਕਪੜੇ ਪਾ ਪਾ ਕੇ ਵੇਖੀ ਜਾਓ ਅਸੀਂ ਤਾਂ ਬਾਜ਼ਾਰ ਵਿੱਚ ਜਾਏ ਤਾਂ થી ਬਾਜ਼ਾਰੋਂ ਸ਼ਾਪਿੰਗ ਕਰੀ ਦੀ ਸਵੇ ਤੁਹਾਨੂੰ ਕਿਹਾ ਮੇਰੇ ਲਈ ਐਹੀ ਸ਼ਾਪਿੰਗ ਹੁੰਦੀ ਕਿ ਅਟੈਚ ਕੇਸ ਐ ਮੇਰਾ ਅਟੈਚ ਕੇਸ ਦਾ ਨਾਮ ਬੈਗ ਦਾ ਕੈਸ ਬੈਗ ਦਾ ਨਾਮ ਲਈ ਐਸ ਬੈਗ ਦਾ ਮਾਨੂੰ ਬਾਜ਼ਾਰ ਤੇ ਦਿਲ ਖੁਸ਼ ਕਰ ਲੇਦਾ ਵੇ ਖੈਰ ਡਿਸਾਈਡ ਹੋ ਗਿਆ ਮਿਸ਼ਾਲ ਦਾ ਸੂਟ ਉਦੋਂ ਵੀ ਮੈਂ ਆਪਣਾ ਵੀ ਮੈਂ ਦੋ ਸੂਟ ਕੱਢੇ ਨੇ ਮੈਂ ਦੋਵੇਂ ਹੀ ਨਿਭਾ ਕੇ ਵੇਖ ਲੈ ਕਿ ਮੈਨੂੰ ਪਤਾ ਹੈ ਉਹਨਾਂ ਦੋਵਾਂ 'ਚ ਹੀ ਮੇਕਅਪ ਪਾਣਾ ਮੌਸਮ ਬੜਾ ਗਰਮ ਹੈ ਤੇ ਮੇਰਾ ਉਹ ਖਾਡੀ ਨੈਟ ਦਾ ਵੇਸ ਸਨਾ ਸਫੀਨਾਜ਼ ਕਲਰ ਬੜੇ ਮਿੱਠੇ ਮਿੱਠੇ ਨੇ ਮੈਂ ਉਹ ਇੱਕ ਜ਼ਰੂਰ ਉਹਨਾਂ ਵਿੱਚ ਪਾਵਾਂਗੀ ਸ਼ਾਇਦ ਮੈਂ ਤਾਂ ਨਾ ਪਹਿਲੇ ਸ਼ੇਅਰ ਕਰਦਾ ਮੈਂ ਕਿਹੜਾ ਇੱਥੇ ਕੋਈ ਮਾਰਗ ਕਿ ਮੈਂ ਵਹਾਣਾ ਕਿਸੇ ਨੂੰ ਨਹੀਂ ਵਹਾ ਸਕਦੀ ਤੁਸੀਂ ਤੇ ਮੇਰੇ ਆਪਣੇ ਤੇ ਮੈਂ ਸ਼ਾਇਦ ਤੁਹਾਨੂੰ ਕੱਲ ਆਪਣਾ ਸੂਟ ਆਪ ਹੀ ਵਹਾ ਦਵਾਂ ਫਿਲਹਾਲ ਵੇ ਰੋਜ਼ਮਾਰ ਚ ਨੈਲ ਪਾਸ਼ ਵਗੈਰਾ ਮੈਚਿੰਗ ਕਰਨ ਨਾਲ ਇਹ ਸਭ ਮੈਨੂੰ ਮੇਰਾ ਨਾ ਜਿੰਨੇ ਮਰਜ਼ੀ ਮੈਂ ਕਲ ਮੇਰਾ ਕਲਰ ਆਂਦਾ ਵੇ ਨੀਲ ਪਾਛਦਾ ਚਲੋ ਜੀ ਮੈਂ ਜਿਹੜੀਆਂ ਚੀਜ਼ਾਂ ਲੈਣੀਆਂ ਸੀ ਲੈ ਲਈਆਂ ਨੇ ਤੇ ਮੈਨੂੰ ਦਵੋ ਇਜਾਜ਼ਤ ਵਾਪਸ ਆਉਂ ਕੱਲ ਅਲਾ ਫੀਸ